श्रुति प्रधानमंत्री खास खास नरेंद्र मोदी हो जम्मू कश्मीर मुंडली सतह पर लोकतंत्र मजबूत करना केन्द्रीय सरकार की प्राथमिकता है उन्हें आख्या हदबंदी का कम तरीके करना होगा तौले चुनाव यकीनी बनी गृहमंत्री अमित शाह हो जम्मू कश्मीर राज्य का दर्जा बहाल करने हदबंद की प्रक्रिया से शांतिपूर्ण चुनाव महत्व मील के पत्थर हैं ਕੈਬਨਟ ਸਚਿਵ ਰਾਜੀਵ ਗੋਵਰੇ ਨੇ ਸਭ ਨੇ ਰਜਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੀ ਕੋਵਿਡ ਦੇ ਹੋਰ ਫੈਲਾਗ ਦੀ ਰੋਕਣੇ ਆਸਤੇ ਇਹਦੇ ਉਤਾਰ ਚੜਾ ਪਰ ਨਿਯਮਿਤ ਤੱਕ ਰੱਖਣੇ ਤੇ 18 ਬਰੇ ਸਮਮਤੀ ਉਪ ਬਰੇਸੂ ਦੇ ਲੋਕਾਂ ਕੀ ਟੀਕਾ ਲਾਣੇ ਦੇ ਕੰਮ ਵਿੱਚ ਤੇਜ਼ੀ ਆਉਣੇ ਲਈ ਆਖਿਆ ਤੇ ਮੁੱਖ ਸਚਿਵ ਨੇ ਪ੍ਰਧਾਨ ਮੰਤਰੀ ਵਿਕਾਸ ਪ੍ਰੋਜੈਕਟ ਦੀ ਅਮਲਾਵਰੀ ਤੇ ਅਜੇ ਤੋੜੀ ਹਾਸਲ ਕੀਤੀ ਗਈ ਦੀ ਮਾਲੀ ਤੇ ਜ਼ਮੀਨੀ ਪ੍ਰਗਤੀ ਦਾ تفصیلی ਕੰਨੇ جائزہ ਲੇਤਾ ਖਬਰਾਂ ਦੀ تفصیل ਤੋਂ ਪਹਿਲੇ ਇੱਕ ਸੁਨਿਆ राष्ट्र ने अठारह बरे को मती बरेसू लोक गित इक्स जून भी सौ इक्सारी केन्द्रे मुफ्त कोविड उन्नी टीकाकरण अभियान तेजी ले आदि है अस युवा श्रोताए की सलाह दें ज टीका साढ़े स्रोताए को इबी सलाह दी जन् सुरक्षा उपाय की कमी नहीं करान कि कोविड उन्नीस सी जिंद तो पर खतरा अजें भी बनेरबानी करिए जर कर ब जाना जरूरी नहीं होरें च रवो तो चार सखले उपाए जारी रखोग ਮੂੰਹ ਪਰ 마스크 ਲਾਓ ਸਮਾਜ ਦੀ ਛਿੰਡੇ ਕੀਤੇ ਦੋ ਗਜ਼ ਦੀ ਦੂਰੀ ਰੱਖੋ ਅੱਥ ਤੇ ਮੂੰਹ ਕੀ ਸਾਫ ਸੁਥਰਾ ਰੱਖਣੇ ਪਰ ਮੁੱਖ ਕਰੀਏ ਧਿਆਨ ਦਿਓ ਤੇ ਕੋਵਿਡ ਸਮੇਂ ਬਚਾਲਾ ਟੀਕਾ ਲਵਾਇ ਲਓ ਕੋਵਿਡ ਮਤਲਬ ਕੁਝੇ ਵੀ ਜਾਣਕਾਰੀ ਤੇ ਮਾਰਗਦਰਸ਼ਨ 기ਤੇ ਤੋਂ ਰਾਸ਼ਟਰੀ ਹੈਲਪਲਾਈਨ ਨੰਬਰ 에 ਪਰ ਸੰਪਰਕ ਕਰੀ ਸਕਦੇ ਹੋ ਨੰਬਰ 101123978046 ਤੇ 1075 ਤਨ ਖਬਰਾਂ ਤਫਸੀਲ ਕਰਨੇ ਤੇ ਖਬਰਾਂ ਦੀ ਤਫਸੀਲ ਕਰਨੇ ਨਰੇਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਕੱਲ ਜੰਮੂ ਕਸ਼ਮੀਰ ਦੀ ਸਭਨੇ ਸੈਸੀ ਪਾਰਟੀਆਂ ਦੇ ਨੇਤਾਇਨ ਇੱਕ ਗੁੱਚੇ ਸਤਰ ਦੀ ਬੈਠਕ ਦੀ ਪ੍ਰਧਾਨਤਾ ਕੀਤੀ। ਇਹਦੇ ਚ ਜੰਮੂ ਕਸ਼ਮੀਰ ਚ ਲੋਕਤੰਤਰ ਦੀ ਮਜ਼ਬੂਤੀ ਉਪਰ تفصیلی ਕਰਨਾ ਚਰਚਾ ਕੀਤੀ ਗਈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਇਨ ਇਸ ਮੁੱਦੇ ਉਪਰ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨੇ ਸੰਵਿਧਾਨ ਤੇ ਲੋਕਤੰਤਰ ਗੇ ਮਜ਼ਬੂਤ ਕਰਨੇ ਬਾਰੇ ਆਪਣੀ ਪ੍ਰਤੀਬੱਧਤਾ ਵੀ ਪ੍ਰਗਟ ਕੀਤੀ। ਪਰਦਾਨ ਮੰਤਰੀ ਹੋਰੇ ਗੱਲਬਾਤ ਦੇ ਸੁਹਾਰਦਲੇ ਮਾਹੌਲ ਤੇ ਵਿਚਾਰੰਦੇ ਖੁੱਲ੍ਹੇ ਆਦਾਨ-ਪਰਦਾਨ ਦੀ ਸਰਾਨਾ ਕੀਤੀ। ਉਹਨੇ ਇਸ ਗੱਲ 'ਤੇ ਜ਼ੋਰ ਦਿੱਤਾ ਜੇ ਜੰਮੂ-ਕਸ਼ਮੀਰ 'ਚ ਲੋਕਤੰਤਰ 'ਤੇ ਮਜ਼ਬੂਤ ਕਰਨਾ ਉਹਨਾਂ ਦੀ ਪ੍ਰਾਥਮਿਕਤਾ ਹੈ। ਉਹਨੇ ਆਖਿਆ ਜੇ ਹਦਬੰਦੀ ਦਾ ਕੰਮ ਤੌਲੇ ਕਰਾਉਣਾ ਹੋਗਾ ਤਾਂ ਜੇ ਚੋਣਾਂ ਕਰਾਇਆ ਜਾ ਸਕਣ ਤੇ ਜੰਮੂ-ਕਸ਼ਮੀਰ ਦੀ ਚੋਣੀ ਦੀ ਸਰਕਾਰ ਥੋਈ ਸਕੇ ਜਿਹੜੀ ਇੱਥੇ ਵਿਕਾਸ ਦੀ ਗਤੀ 'ਤੇ ਔਰ ਤੇਜ਼ ਕਰੀ ਸਕੇ। ਪ੍ਰਧਾਨ ਮੰਤਰੀ ਹੋਰੇ ਜੰਮੂ ਕਸ਼ਮੀਰ ਦੇ ਲੀਡਰਿੰਗ ਆਖਿਆ ਜੇ ਲੋਕਾਂ ਤੇ ਖਾਸ ਕਰਕੇ ਜੁਵਾਇੰਗ ਹੈ ਜੰਮੂ ਕਸ਼ਮੀਰ ਚ ਸਿਆਸੀ ਨੇਤ੍ਰਿਤਵ ਪ੍ਰਦਾਨ ਕਰਨਾ ਹੈ ਤੇ ਉੰਡੀਆਂ ਤਾਂਗਾਂ ਦੀ ਪੂਰਤੀ ਯਕੀਨੀ ਬਣਾਇਆ ਹੈ ਪ੍ਰਧਾਨ ਮੰਤਰੀ ਹੋਰੇ ਜੰਮੂ ਕਸ਼ਮੀਰ ਚ ਵਿਕਾਸ ਪਰियोजनाਾਂ ਦੀ ਪ੍ਰਗਤੀ ਉੱਪਰ ਵੀ ਸੰਦੋਖ ਪ੍ਰਗਟ ਕੀਤਾ ਉਹਨੇ ਸਭਨੇ ਨਿਤਾਇੰਗੇ ਜੰਮੂ ਕਸ਼ਮੀਰ ਦੇ ਵਿਕਾਸ ਤਾਈ ਇਕੱਠੇ ਰਲੀਆਂ ਕੰਮ ਕਰਨੇ ਤੇ ਨੌਜਵਾਨੇ ਦੀਆਂ ਆਸੇ ਤਾਂਗਾਂ ਗੇ ਪੂਰਾ ਕਰਨੇ ਦਾ ਆਹਵਾਨ ਕੀਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਜੇ ਜੰਮੂ ਕਸ਼ਮੀਰ ਵਿਕਾਸ ਬਾਧੇ ਤੇ ਪਾਰਦਰਸ਼ਤਾ ਕੰਨ ਲੰਮਾ ਪੈਂਡਾ ਤੈ ਕਰੀਏ ਅੱਗੇ ਆਏ ਹੈ ਕੇਂਦਰ ਸਰਕਾਰ ਅਸਹਿ ਚਲਾਈ ਜਾਕਰ ਦੀਆਂ ਸਕੀਮਾਂ ਦਾ ਲਾਹ ਜੰਮੂ ਕਸ਼ਮੀਰ ਚ 90 ਫੀਸਦੀ ਲੋਕਾਂ ਤੱਕ ਕਰ ਪੁਝਾਇਆ ਹੈ ਮੇਕਾਂ ਸੜਕ ਪ੍ਰਯੋਜਨਾ 2 ਨਵੇਂ ਐਮਜ਼ 7 ਨਵੇਂ ਮੈਡੀਕਲ ਕਾਲਜ ਕਾਇਮ ਕੀਤੇ ਜਾਕਰਦੇ ਹਨ ਜੰਮੂ ਕਸ਼ਮੀਰ ਚ ਉਦਯੋਗਿਕ ਵਿਕਾਸ ਦੇ ਭਰਾ ਵਧਿਆਂ ਲਈ 28400 ਕਰੋੜ ਰੁਪਏ ਦੇ ਪੈਕੇਜ ਵਾਲੀ ਨਵੀਂ ਉਦਯੋਗ ਨੀਤੀ ਕੀ ਅਦੇ ਸੋਚਿਤ ਕੀਤਾ ਗਿਆ ਹੈ ਅਮਿਤ ਸ਼ਾਹ ਹੋਰੇ ਇਸ ਗੱਲਾ ਪਰ ਜ਼ੋਰ ਦਿੱਤਾ ਜੇ ਵਿਧਾਨ ਸਭਾ ਅਲਕੇnde ਨਵੇਂ ਸਿਰਿਆ ਅਦਬੰਦੀ ਤੇ ਸ਼ਾਂਤੀਪੂਰਨ ਚੁਣਾ ਸੰਸਦ ਚ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨੇ ਵਾਲੇ ਵਾਅਦੇ ਕੀ ਪੂਰਾ ਕਰਨ ਲਈ ਮਹੱਤਵਪੂਰਨ ਮੀਲ ਦਾ ਪੱਥਰ ਨਾ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਿਆਸਿਆ ਕੱਲ ਸੱਦੇ ਗਏ ਦੀ ਸਰਵ ਦਲੀਏ ਬੈਠਕ ਬੜੀ ਸੁਹਾਰਦਪੂਰਨ ਵਾਤਾਵਰਨ ਚ ਹੋਈ ਤੇ ਜੰਮੂ ਕਸ਼ਮੀਰ ਦੇ ਚ ਵੱਖਰੇ ਤਰੱਕੀ ਬਾਧੇ ਤੇ ਲੋਕਤੰਤਰ ਦੀ ਮਜ਼ਬੂਤੀ ਆਸਤਾ ਇਹ ਇੱਕ ਸੇ ਹੀ ਗਏ ਹਨ ਡਾਕਟਰ ਸਿੰਘੋਰੇ ਟਵਿੱਟਰ ਉਪਰ ਇੱਕ ਸਨੇਹ ਚ ਆਖਿਆ ਜੇ ਸਭਨੇ ਦਲੇ ਦੀ ਬੈਠਕ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਮੁੰਡਲੇ ਸਤਰ ਪਰ ਲੋਕਤੰਤਰ ਕੇ ਮਜ਼ਬੂਤ ਕਰਨੇ ਪਰ ਜ਼ੋਰ ਪਾਇਆ ਤੇ ਇਹ ਦੇ ਤਾਈ ਸਭਨੇ ਗੇ ਇਕੱਠੇ ਹੋਈ ਹੈ ਕੰਮ ਕਰਨਾ ਉਹ ਉਹਨੇ ਆਖਿਆ जम्मू कश्मीर के विकास और लोकतंत्र को मजबूती देने की दिशा में ये एक बहुत ही सकारात्मक प्रयास रहा है बैठक बहुत ही अच्छे वातावरण में हुई सभी ने भारत के लोकतंत्र और भारत के संविधान के प्रति पूरी निष्ठा जताई गृह मंत्री जी ने जम्मू कश्मीर की स्थिति परिस्थिति और बेहतर होते हालात से सभी नेताओं को परिचित कराया प्रधानमंत्री जी ने पूरी गंभीरता के साथ हर पक्ष हर तर्क हर सुझाव को सुना और उन्होंने इस बात को सराहा कि सभी जनप्रतिनिधियों ने खुले मन से अपनी अपनी बात रखी प्रधानमंत्री जी ने बैठक में दो बड़ी बातों पर विशेष जोर दिया उन्होंने कहा जम्मू कश्मीर में लोकतंत्र को ग्रास रूट तक ले जाने के लिए हम सबको मिलकर काम करना होगा दूसरा जम्मू कश्मीर में ऑलराउंड विकास हो हर इलाके हर समुदाय तक विकास पहुंचे इसके लिए साझेदारी हो और जन भागीदारी का एक माहौल बनाया रखा जाए ਕਾਂਗਰਸ ਦੇ ਬ੍ਰਿਸ਼ਟ ਨੇਤਾ ਗੁਲਾਮ ਨਬੀ ਆਜ਼ਾਦ ਨੇ ਆਖਿਆ ਜੇ ਕੱਲ ਜੰਮੂ ਕਸ਼ਮੀਰ ਬਾਰੇ ਲੱਗੀ ਦੀ ਸਰਬਦਲੀਏ ਬੈਠਕ 'ਚ ਉਹਨੇ ਜੰਮੂ ਕਸ਼ਮੀਰ ਸਰਬੰਧੀ ਮੁੱਖ ਮੁੱਦਿਆਂ 'ਗੇ ਉਜਾਗਰ ਕੀਤਾ ਉਹਨੇ ਆਖਿਆ बहुत सारी चीजें हमने बताई हमने पांच बड़ी मांगे सरकार के सामने रखी स्टेट स्टेटहुड जल्दी देना चाहिए फिर विधानसभा का इलेक्शन भी तुरंत करना चाहिए डेमोक्रेसी को बहाल करना चाहिए तो हमारे जमीन की गारंटी और जो लोकल मुलाजम है वहाँ आईपीएस वो तो आते रहेंगे लेकिन जो एम्प्लॉयमेंट की अभी तक हमारे साथ एक सुविधा थी वो सुविधा की गारंटी देनी चाहिए ਕੈਬਨਟ ਸਚਿਵਰ ਅਜੀਵ ਗੋਬਾ ਹੋ ਰਹੇ ਸਭ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਗਿਆ ਕਿ ਹੈ ਜੋ ਕੋਵਿਡ ਵਾਲੇ ਸੰਕਰਮਣ ਦੇ ਉਤਾਰ ਚੜਾਵ ਉਪਰ ਨੇੜੇ ਮੀਤਕ ਰੱਖਣ ਤਾਂ ਜੇ ਸੰਕਰਮਣ ਚ ਔਰ ਵਾਧੇਗੇ ਰੋਕਿਆ ਜਾ ਸਕਿਆ ਹੈ ਉਹਨੇ 18 ਬਰੇਸਮਾ ਬਾਦ ਬਰੇਸ ਵਾਲੇ ਲੋਕਾਂ ਦੇ ਟੀਕਾ ਕਰਨ ਦੀ ਤੇਜ਼ ਕਰਨ ਲਈ ਵੀ ਆਖਿਆ ਹੈ ਕੋਵਿਡ ਮਹਾਮਾਰੀ ਦਾ ਜਾਇਜ਼ਾ ਲੈਣ ਲਈ ਉਹਨੇ ਉੱਚ ਸਤਾ ਤੇ ਇੱਕ ਬੈਠਕ ਲਈ ਜੰਮੂ ਕਸ਼ਮੀਰ ਦੇ ਮੁਖ ਸਚਿਵ ਡਾਕਟਰ ਅਰਣ ਕੁਮਾਰ ਮਹਿਤਾ ਤੇ ਐਡੀਸ਼ਨਲ ਚੀਫ ਸਕੱਤਰ ਉਹਦੇ ਇਲਾਵਾ ਹੋਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਚਿਵਾਂ ਤੇ ਹੋਰ ਦੂਵੇ ਅਧਿਕਾਰੀਆਂ ਇਹਦੇ ਵਿੱਚ ਹਿੱਸਾ ਲੈਤਾ ਡਾਕਟਰ ਮਹਿਤਾ ਹੋਰੇ ਕੇਂਦਰ ਸਰਕਾਰ ਕੀ ਆਗਰਾ ਕੀਤਾ ਜੋ 10 ਜੁਲਾਈ 2021 ਤੋਂ ਪਹਿਲਾਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ਕੀ ਟੀਕੇ ਦੀਆਂ 20 ਲੱਖ ਖੁਰਾਕਾਂ ਉਪਲਬਧ ਕਰਾਉਣ ਤਾਂ ਜੇ ਆਮ ਲੋਕਾਂ ਚ ਰੋਗ ਪ੍ਰਤੀਰੋਧਕ ਸ਼ਮਤਾ ਕੀ ਵਧਾਇਆ ਜਾ ਸਕੇ ਮਗਰਾ ਮੁੱਖ ਸਚਿਵ ਹੋਰੇ ਸਿਹਤ ਤੇ ਮੈਡੀਕਲ ਸਿੱਖਿਆ ਮਹਿਕਮੇ ਕੀ ਹਦਾਇਤ ਕੀਤੀ ਜੋ कोविड खिलाफ ਲੋਕਾਂ ਦਾ ਵਿਵਹਾਰ ਤੇ ਇਸ ਮਹਾਮਾਰੀ ਦੇ ਫੈਲਣ ਸਮਾਂ ਰੋਕਣ ਲਈ ਖਰੀਆਂ ਆਦਤਾਂ ਅਪਣਾਉਣ ਲਈ ਵਿਆਪਕ ਅਭਿਆਨ ਚਲਾਣਾ ਇਹ ਖਬਰਾਂ ਤੋਂ ਆਕਾਸ਼वाणी ਜੰਮੂ ਤੋਂ ਸੁਣਾ ਕਰਦੇ ਹੋ ਬਾਕੀ ਦੀਆਂ ਖਬਰਾਂ ਕਨਾਂ ਸ਼੍ਰੋਤੀ ਖਿਉਰੀਆ ਮੁੱਖ ਸਚਿਵ ਡਾਕਟਰ ਅਰुण कुमार ਮਹਿਤੋਰੇ ਇੱਕ ਮੀਟਿੰਗ ਚ ਪ੍ਰਧਾਨ ਮੰਤਰੀ ਵਿਕਾਸ ਪਰियोजना ਦੇ ਸੈਕਟਰੀ ਦਿਸਾ ਬਿਜੈ ਜੈਲਾਤਾ ਹੈ ਮਹਿਕਮੇ ਦੀ ਮਹਿਕਮੇ ਸਭੇ ਪ੍ਰੋਜੈਕਟ ਇਸਮਾਲੀ ਬਰੇ ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਕਿ ਜੇ ਇਨੰਗੀ ਅਗਲੇ ਮਾਲੀ ਬਰੇ ਪਰ ਪਾਇਨ ਨਿੰਜਾਗ ਬੈਠਕ ਦੇ ਸ਼ੁਰੂ ਚ ਯੋਜਨਾ ਵਿਕਾਸ ਤੇ ਨਿਗਰਾਨੀ ਸਰਬੰਧੀ ਮਹਿਕਮੇ ਦੇ ਪ੍ਰਸ਼ਾਸਨਿਕ ਸਚਿਵ ਹੋ ਰਹੇ ਜੰਮੂ ਕਸ਼ਮੀਰ ਚ ਪ੍ਰਧਾਨ ਮੰਤਰੀ ਵਿਕਾਸ ਪਰਿਯੋਜਨਾ ਪੀ ਐਮ ਡੀ ਪੀ ਤੇ ਚਲਾਏ ਗਏ ਦੇ ਪ੍ਰੋਜੈਕਟਾਂ ਦੀ ਸਥਿਤੀ ਦੀ ਤਫਸੀਲ ਪੇਸ਼ ਕੀਤੀ ਮੁੱਖ ਸਚਿਵ ਹੋਰੇ ਪ੍ਰਸ਼ਾਸਨਿਕ ਸਚਿਵ ਵਿੰਗੀ ਪੀ ਐਮ ਡੀ ਪੀ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਕਰਨੇ ਤੇ ਉਹਨਾਂ ਦੀ ਸਮੇਂ ਸਿਰ ਮੁਕੰਮਲ ਕਰਨ ਲਈ ਆਖਿਆ ਮੁੱਖ ਸਚਿਵ ਹੋਰੇ ਖਵਾਰ ਤੇ ਉਜਪਨ ਬਿਜਲੀ ਪਰਿਯੋਜਨਾ ਦੇ ਤੇ ਜੰਮੂ ਤੇ ਸ਼੍ਰੀਨਗਰ ਸ਼ਹਿਰਾਂ ਚ ਮੈਟਰੋ ਰੇਲ ਪਰਿਯੋਜਨਾ ਦੀ ਵੀ ਸਮੀਖਿਆ ਕੀਤੀ जम्मू कश्मीर प्रदूषण नियंत्रण कमेटी ਦੇ ਚੇਅਰਮੈਨ ਸੁਰੇਸ਼ ਚੋਗੋਰੇ ਜੰਮੂ ਚ ਪਲਾਸਟਿਕ ਸੜਕਾਂ ਦੇ ਨਿਰਮਾਣ ਕੰਮੇ ਦੀ ਪ੍ਰਗਤੀ ਦਾ ਕਲਚਾ ਇਸਲਾਤਾ ਉਹਨੇ ਰਾਸ਼ਟਰੀ ਜਨਰਲੇਸ਼ਰ ਪ੍ਰਾਧਾਨਿਕਨ ਦੀ ਨੈਸ਼ਨਲ ਹਾਈਵੇ ਪਰ ਨਈਂ ਔਰ ਥਾਰੇ ਦੀ ਨਿਸ਼ਾਨਦੇਹੀ ਕਰਨ ਲਈ ਆਖਿਆ ਜਿੱਥੇ ਪਾਇਲਟ ਪ੍ਰਯੋਜਨਾ ਦੇ ਤੌਰ ਪਰ ਜੰਮੂ ਸ਼ਹਿਰ ਦੇ ਆਲੇ ਦੁਆਲੇ ਪਲਾਸਟਿਕ ਸੜਕਾਂ ਬਣਾਈਆਂ ਜਾ ਸਕਣ ਤੇ ਮਗਰਾ ਔਰ ਨੇ ਜ਼ਿਲ੍ਹੇ ਚ ਵੀ ਇਹ ਕੰਮ ਕੀਤਾ ਜਾ ਸਕਿਆ ਉਹਨੇ ਸੜਕ ਨਿਰਮਾਣਾਸਤੇ ਪਲਾਸਟਿਕ ਉਪਲਬਧ ਕਰਵਾਉਣੇ ਲਈ ਪ੍ਰਾਧਾਨਿਕਨ ਕੀ ਪ੍ਰੋਸਤਵਾਇਆ ਪਾਰਤੀ ਸੜਕਾ ਕਾਂਗਰਸ ਨੇ ਮੁਖ ਮੁਲਕ ਪਰਜ ਪਲਾਸਟਿਕ ਸੜਕ ਨਿਰਮਾਣ ਆਸਤੇ ਦਿਸ਼ਾ ਨਿਰਦੇਸ਼ ਚਾਰੀ ਕਿਤੇ ਦਿਨ ਪਲਾਸਟਿਕ ਸੜਕਾਂ ਦਾ ਨਿਰਮਾਣ ਇੱਕ ਨਵਾਂ ਵਿਚਾਰ ਹੈ ਜਿਹਦੇ ਕੰਨੇ ਪਲਾਸਟਿਕ ਦੇ ਕਚਰੇ ਗੀ ਪਰਿਆਵਰਣ ਕੀ ਨੁਕਸਾਨ ਪਜਾਏ ਬਗੈਰ ਠਿਕਾਣਾ ਲਾਇਆ ਜਾਇ ਸਕਦਾ ਹੈ ਪਲਾਸਟਿਕ ਕਚਰਾ ਪਰਿਆਵਰਣ ਤੇ ਇੱਕ ਵੱਡਾ ਖਤਰਾ ਹੈ ਪਲਾਸਟਿਕ ਸੜਕਾਂ ਦੇ ਨਿਰਮਾਣ ਕਰਨੇ ਲਾਗਤ ਚ 10% ਦੀ ਕਮੀ ਆਉਂਦੀ ਹੈ ਇਹਦੇ ਇਲਾਵਾ ਪਲਾਸਟਿਕ ਸੜਕਾਂ ਮਤਿਆਂ ਟਿਕਾਊ ਤੱਲੁਕ ਅਲੀਆਂ ਸੜਕਾਂ ਥਮ ਮਦਾ ਚਿਰ ਚਲਦੀਆਂ ਕਿ ਜੇ ਇੰਦੇ ਪਰ ਗਿੱਲੇਪਨ ਦਾ ਅਸਰ ਨਹੀਂ ਹੁੰਦਾ ਦੱਸਿਆ ਗਿਆ ਜੀ ਨੈਸ਼ਨਲ ਹਾਈਵੇ ਅਥਾਰਟੀ ਪਾਸ ਜਾਂ ਕੁੰਜਵਾਨੀ ਚ ਸੜਕ ਦਾ 5 ਕਿਲੋਮੀਟਰ ਇਸਾ ਪਲਾਸਟਿਕ ਕਚਰਾ ਇਸਤੇਮਾਲ ਕਰੀਏ ਬਣਾਇਆ ਗਿਆ ਹੈ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚ ਨਹੀਂ ਹੈ ਔਰ ਮਤੀ ਸੜਕਾਂ ਦੀ ਲੋੜ ਹੈ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਡਾਕਟਰ ਰਾਘਵ ਲੰਗਰ ਹੋਰੇ ਕੱਲ ਪਰਮੰਡਲ ਸੈਲਾਨੀ ਸਰਕਟ ਦੇ ਇਤਿਹਾਸਿਕ ਮੰਦਰਾਂ ਦਾ ਦੌਰਾ ਲਾਇਆ ਤੇ ਉੱਥੇ ਚਲਾਰਦੇ ਵਿਕਾਸ ਕੰਮੇ ਦਾ ਜਾਇਜ਼ਾ ਲੈਣੇ ਦੇ ਕੰਨੂ ਕੰਨੀ मुकामी लोकों भी सुनिया। इस मौके डिवीजनल कमीश्नर हमें सांबा दिया डिप्टी कमिश्नर अनुराधा गुप्ता मौजूद हं प पुरमंडल सैलानी सर्किट की परिये नमें सिरेरने नमें सिरेया जान भरने लिए किमें जायजा लिया गई युवकाम उ चलाए जा बिकास कमें बारे अवगत कराया गया डॉ राघव लंगर हो मुतल अधिकारियों की आख्याजे सबंधी मामलों का नबेड़ा कर विकास परियोजनाएं तोड़ चाड़ते बल्ले मुकामी लोक दिय आसें तांगे ध्यान रखने ਉਨੇ ਕੰਮ ਕਰਾਰ ਦੀਆਂ ਜਿੰਸਿੰਗ ਹਦਾਇਤ ਕੀਤੀ ਜੇ ਉਹ ਚਲਾਰ ਦੇ ਕੰਮੇ ਦੀ ਰਫਤਾਰ ਬਧਾਈਏ ਇਸੀ ਮਿੱਥੇਗੇ ਦੇ ਸਮੇਂ ਅੰਦਰ ਸਬੂਰਾ ਕਰਨ ਆ ਖੀਰਿਚ ਕਾਸਕਾਸ ਖਬਰਾਂ ਇੱਕ ਵਾਰੀ ਪਰਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਇਆ ਹੈ ਜੇ ਜੰਮੂ ਕਸ਼ਮੀਰ ਚ ਮੁੰਡਰੀਏ ਸਤਾ ਪਰ ਲੋਕਤੰਤਰ ਕੇ ਮਜ਼ਬੂਤ ਕਰਨਾ ਕੇਂਦਰੀ ਸਰਕਾਰ ਦੀ ਪ੍ਰਾਥਮਿਕਤਾ ਹੈ ਉਹਨੇ ਆਖਿਆ ਜੇ ਹੱਦਬੰਦੀ ਦਾ ਕੰਮ ਤਰੀਕੇ ਕਰਨਾ ਹੋਵੇ ਤਾਂ ਜੇ ਤੋਲੇ ਚੋਣਾਂ ਯਕੀਨੀ ਬਣੀ ਸਕਣ ਗ੍ਰਹਿ ਮੰਤਰੀ ਅਮਿਤ ਸ਼ਾਉਰ ਨੇ ਆਖਿਆ ਜੇ ਜੰਮੂ ਕਸ਼ਮੀਰ ਕੀ ਰਾਜ ਦਾ ਦਰਜਾ ਬਹਲ ਕਰਨੇ ਆਸਤਾ ਹੈ ਹੱਦਬੰਦੀ ਦੀ ਪ੍ਰਕਿਰਿਆ ਤੇ ਸ਼ਾਂਤੀਪੂਰਨ ਚੋਣ ਮਤਵਾਲੇ ਮੀਲ ਦੇ ਪੱਥਰ ਨ ਕੈਬਨਿਟ ਸਚਿਵ ਅ ਰਜੀਵ ਗੋਬਾ ਨੇ ਸਭ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਗੇ ਕੋਵਿਡ ਦੇ ਹੋਰ ਫਲਾਬ ਕੀ ਰੋਕਣੇ ਆਸਤਾ ਹੈ ਇਹਦੇ ਉਤਾਰ ਚੜਾਵ ਉੱਪਰ ਨੇੜੇ ਤੱਕ ਰੱਖਣੇ ਤੇ 18 ਬਰੇਥਮਾਂ ਉੱਪਰਲੀ ਬਰੇਸ ਦੇ ਲੋਕੇਗੀ ਟੀਕੇ ਲਾਉਣ ਦੇ ਕੰਮ ਵਿੱਚ ਤੇਜ਼ੀ ਆਉਣ ਨੇ ਤਾਂ ਹੀ ਆਖਿਆ ਹੈ ਤੇ ਮੁੱਖ ਸਚਿਵ ਹੋਰੀਆਂ ਪ੍ਰਧਾਨ ਮੰਤਰੀ ਵਿਕਾਸ ਪ੍ਰੋਜੈਕਟ ਦੀ ਅਮਲਾਬਾਰੀ ਤੇ ਅਜੇ ਤੋੜੀ ਹਾਸਲ ਕੀਤੀ ਗਈ ਦੀ ਮਾਲੀ ਤੇ ਜ਼ਮੀਨੀ ਪ੍ਰਗਤੀ ਦਾ تفصیلی جائزہ ਲੈਂਦਾ ਹੈ ਇਹ ਦੇ ਕੰਨਾ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ